ਤੁਹਾਡੀ ਟੀਮ ਗਈ ਸੀ ਬਲੱਡ ਮਿਲਿਆ ਕੀ ਮਿਲਿਆ ਉਹ ਕੀ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੂਜੀ ਗੱਲ ਇਹ ਕਿ ਕੱਲ ਸਾਨੂੰ ਇੱਕ ਫੋਨ ਕਾਲ ਆਈ ਜਿਹਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਇੱਥੇ ਕੂੜੇ ਦਾ ਢੇਰ ਹੈ ਅਤੇ ਮਿਊਂਸੀਪਲ ਕਮੇਟੀ ਆ ਉਹਦੇ ਸਾਹਮਣੇ ਕੋਈ ਡੱਬ ਹੈ ਜਿੱਥੇ ਕਿ ਕੂੜਾ ਸੁੱਟਦੇ ਲੋਕ ਉੱਥੇ ਕਿਸੇ ਨੇ ਕੋਈ ਮੈਡੀਕਲ ਸੰਬੰਧਿਤ ਜਿਹੜਾ ਸੈਂਪਲਾਂ ਵਾਲੀ ਵੈਲਾ ਸੀ ਜਾਂ ਕੋਈ ਹੋਰ ਇੱਦਾਂ ਦਾ ਸਮਾਨ ਸੁੱਟਿਆ ਹੋਇਆ ਜਦੋਂ ਸਾਨੂੰ ਉਹ ਗੱਲ ਆਈ ਤਾਂ ਅਸੀਂ ਉੱਥੇ ਪਹੁੰਚੇ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉੱਥੇ ਦੇਖਿਆ ਤਾਂ ਉਹ ਕਿਸੇ ਨਾ ਕਿਸੇ ਲੈਬ ਦਾ ਸਮਾਨ ਲੱਗ ਰਿਹਾ ਸੀ ਕਿਉਂਕਿ ਉਸਦੇ ਵਿੱਚ ਸਰਿੰਜਾ ਨਹੀਂ ਸੀ ਟੈਸਟ ਕਰਨ ਵਾਲੀਆਂ ਜੋ ਆਪਣੇ ਟਿਊਬਾਂ ਨੇ ਵੈਲਾਂ ਨੇ ਜਿਹੜੀਆਂ ਦੇ ਵਿੱਚ ਸੈਂਪਲ ਲੈਂਦੇ ਹਾਂ ਉਹ ਸੀ ਮਿਲੀਆਂ ਸਾਨੂੰ ਉਹ ਫਿਰ ਅਸੀਂ ਕਮੇਟੀ ਨਾਲ ਕਨਸਰਨ ਕਰਕੇ ਉਹਨਾਂ ਨੂੰ ਉੱਥੇ ਚੁਕਵਾ ਕੇ ਤਿੰਨ ਟੋਏ ਦੇ ਵਿੱਚ ਦਬਾ ਦਿੱਤਾ ਸੀ ਵੈਲਾਂ 'ਚ ਕੋਈ ਬਲੱਡ ਦੇ ਸੈਂਪਲ ਵੀ ਸੀਗੇ ਨਹੀਂ ਜੋ ਦੋ ਤਿੰਨ ਵੈਲਾਂ ਦੇ ਵਿੱਚ ਮਿਲੇ ਸਾਨੂੰ ਜਿਹੜੇ ਸੁੱਕੇ ਹੋਏ ਸੀ ਤੇ ਸਰ ਇਸ ਤਰ੍ਹਾਂ ਸਿੱਟ ਸਕਦਾ ਕੋਈ ਨਾ ਕਿਸੇ ਨਹੀਂ ਸੁੱਟਣਾ ਜੀ ਨਹੀਂ ਕੀ ਕਾਰਵਾਈ ਹੁੰਦੀ ਹੈ ਜੇ ਅਗਰ ਜੇ ਕੋਈ ਪਕੜਿਆ ਜਾਵੇ ਇਸ ਤਰ੍ਹਾਂ ਕਰ ਜੇ ਪਕੜਿਆ ਜਾਵੇ ਤਾਂ ਬਾਇਓ ਮੈਡੀਕਲ ਵੇਸਟ ਦੇ ਰਾਹੀਂ ਜਿਹੜਾ ਹੈ ਉਹਦਾ ਤਹਿਤ ਉਹਦੇ ਤੇ ਕਾਨੂੰਨੀ ਕਾਰਵਾਈ ਹੁਣ ਅਪੀਲ ਕੀ ਕਰੋਗੇ ਜਿਹੜੇ ਸੈਂਪਲ ਲੈਂਦੇ ਲੈਬੋਰਟਰੀ ਵਾਲਿਆਂ ਨੂੰ ਵੀ ਅਸੀਂ ਅਪੀਲ ਜੀ ਇਕੱਲੇ ਲੈਬ ਵਾਲਿਆਂ ਨੂੰ ਨਹੀਂ ਕਰਦੇ ਪ੍ਰਾਈਵੇਟ ਹੋਰ ਵੀ ਜਿਹੜੇ ਵੀ ਕਿ ਸੈਂਪਲਿੰਗ ਦਾ ਕਰਦੇ ਆ ਜਾਂ ਬਾਇਓ ਮੈਡੀਕਲ ਵੇਸਟ ਜਿਨ੍ਹਾਂ ਦਾ ਹੁੰਦਾ ਤਾਂ ਉਹਨਾਂ ਦਾ ਪਰਸਨਲ ਇਹ ਬਣਦਾ ਕਿ ਉਹ ਇਸ ਨੂੰ ਸਹੀ ਤਰੀਕੇ ਦੇ ਨਾਲ ਡਿਸਪੋਜ਼ ਆਫ ਕਰਵਾਉਣ ਕਿਉਂਕਿ ਜੇਕਰ ਅਸੀਂ ਇਹ ਕਿਸੇ ਵੀ ਰੂਪ ਦੇ ਵਿੱਚ ਰਸਤਿਆਂ ਦੇ ਵਿੱਚ ਹੋਇਆ ਜਾਂ ਕਿਸੇ ਕੂੜੇਦਾਨ ਦੇ ਵਿੱਚ ਹੋਇਆ ਤਾਂ ਕਿਸੇ ਨੂੰ ਵੀ ਬਿਮਾਰੀ ਕੋਈ ਨਾ ਕੋਈ ਲੱਗ ਸਕਦੀ ਇਸ ਕਰਕੇ ਅਪੀਲ ਹੈ ਸਾਰਿਆਂ ਨੂੰ ਵੀ ਜਿੱਥੇ ਵੀ ਕੋਈ ਇਦਾਂ ਦਾ ਮੈਡੀਕਲ ਬਾਇਓ ਵੇਸਟ ਹੁੰਦਾ ਤਾਂ ਉਹ ਜਿਹੜੀ ਸਾਡੇ ਇਸ ਇਲਾਕੇ ਦੇ ਵਿੱਚੋਂ ਕਲੈਕਟ ਕਰਦੀ ਹੈ ਬਾਇਓ ਮੈਡੀਕਲ ਵੇਸਟ ਦਾ ਤਾਂ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਦੇ ਰਾਹੀਂ ਉਹਨਾਂ ਨੂੰ ਡਿਸਪੋਜ਼ ਆਊਟ ਕਰਵਾਇਆ ਇਹਦਾ ਸਹੀ ਤਰੀਕਾ ਕੀ ਹੈ ਡਿਸਪੋਜ਼ ਆਊਟ ਕਰਨ ਦਾ ਬਾਇਓ ਮੈਡੀਕਲ ਵੇਸਟ ਟੀਮ ਆਉਂਦੀ ਹੈ ਜੀ ਇੱਕ ਬਕਾਇਦਾ ਹਰ ਹਸਪਤਾਲ ਦੇ ਵਿੱਚ ਉਹ ਕਲੈਕਟ ਕਰਦੇ ਆ ਉਹ ਭਾਵੇਂ ਪੱਟੀਆਂ ਹੋਣ ਜਾਂ ਕੋਈ ਕਿਸੇ ਦਾ ਸਰਜ ਸਜੇਰੀਅਨ ਹੋਇਆ ਉਹਦਾ ਕੋਈ ਮਟੀਰੀਅਲ ਹੈ ਜਾਂ ਕੋਈ ਲੈਬ ਦਾ ਪਾਰਟ ਹੈ ਜਾਂ ਕਿਸੇ ਦਾ ਔਰਗਨ ਦਾ ਪਾਰਟ ਆ ਉਹ ਸਾਰਿਆਂ ਨੂੰ ਉਹ ਕਲੈਕਟ ਕਰਦੇ ਆ ਓਕੇ ਜੀ ਹਾਂਜੀ